ਟੈਲੀਵਿਜ਼ਨ ਦੇ ਉੱਤੇ ਧਨਪ੍ਰੀਤ ਨੇ ਇੱਕ ਪ੍ਰੋਗਰਾਮ ਲਗਾਇਆ ਸੀਗਾ ਤੇ ਮੈਂ ਦੇਖਦੀ ਰਹੀ ਸੀਗੀ। ਉਹਦੇ ਵਿੱਚ ਇੱਕ ਕੁਰਸੀ ਸੀਗੀ ਤੇ ਉਹਦੇ ਉੱਤੇ ਲਿਖਿਆ ਸੀ ਜਾਦੂ ਵਾਲੀ ਕੁਰਸੀ, ਰਾਈਟ, ਮੈਜਿਕ ਚੇਅਰ ਐਕਚੁਅਲੀ ਉਹਦੇ ਤੇ ਲਿਖਿਆ ਸੀਗਾ। ਤੇ ਉਹ ਦਿਖਾ ਰਹੇ ਸੀਗੇ, ਬਹੁਤ ਹੀ ਉਹਦੀ ਅੱਛੀ ਸਿੱਖਿਆ ਸੀਗੀ ਉਹਦੀ, ਤੇ ਉਹ ਦਿਖਾ ਰਹੇ ਸੀਗੇ ਜਿਹੜਾ ਉਸ ਕੁਰਸੀ ਦੇ ਉੱਤੇ ਬੈਠਦਾ ਆ ਹਨਾ ਤੇ ਉਹ ਕੁਰਸੀ ਦੱਸਦੀ ਕਿ ਇਹਦੇ ਅੰਦਰ ਚੱਲ ਕੀ ਰਿਹਾ ਆ। ਤਾਂ ਸਭ ਤੋਂ ਪਹਿਲਾਂ ਉਹਦੇ ਤੇ ਬੈਠਾ ਬੱਚਾ, ਤੇ ਜਦੋਂ ਬੱਚਾ ਬੈਠਾ ਤੇ ਉਹਦੇ ਅੰਦਰ ਉਹਨੇ ਬੋਲਣਾ ਕੁਝ ਨਹੀਂ ਸੀ, ਚੇਅਰ ਨੇ ਦੱਸਣਾ ਸੀ ਕੀ ਚੱਲ ਰਿਹਾ। ਤਾਂ ਜਦੋਂ ਉਹ ਬੈਠਾ ਤਾਂ ਮੂਹਰੇ ਸਕਰੀਨ ਤੇ ਲਿਖਿਆ ਆ ਗਿਆ ਕਿ ਨਿਊ ਸਕੂਲ ਬੈਗ, ਨਿਊ ਸ਼ੂਜ਼, ਨਿਊ ਡਰੈਸ, ਕ੍ਰਿਕਟ ਵਾਲੀ ਕਿੱਟ, ਨਿਊ ਬਾਈਕ, ਉਹ ਚੀਜ਼ਾਂ ਲਿਖੀਆਂ ਆ ਗਈਆਂ। ਉਹਦੇ ਅੰਦਰ ਇਹ ਚੱਲ ਰਿਹਾ ਸੀ। ਤੇ ਫਿਰ ਵਾਰੀ ਆਈ ਵਾਈਫ ਦੀ, ਤੇ ਵਾਈਫ ਬੈਠ ਗਈ ਤੇ ਉਹਦੇ ਸਕਰੀਨ ਤੇ ਆ ਗਿਆ ਮੇਕਅਪ, ਸਾੜੀ, ਬੈੱਡ ਸ਼ੀਟਾਂ, ਉਹ ਸਭ ਚੀਜ਼ਾਂ ਜੋ ਲੇਡੀਜ਼ ਦੀ ਡਿਜ਼ਾਇਰ ਆ, ਸ਼ਾਪਿੰਗ। ਤੇ ਫਿਰ ਵਾਰੀ ਆਈ ਹਸਬੈਂਡ ਦੇ ਬੈਠਣ ਦੀ, ਤੇ ਜਦੋਂ ਹਸਬੈਂਡ ਬੈਠਾ ਤੇ ਸਕਰੀਨ ਤੇ ਕੀ ਲਿਖਿਆ ਆਇਆ, ਬੱਚੇ ਦੇ ਸਕੂਲ ਦੀ ਫੀਸ, ਬਿਜਲੀ ਦਾ ਬਿੱਲ, ਘਰ ਦਾ ਕਿਰਾਇਆ, ਗੱਡੀ ਦੀ ਕਿਸ਼ਤ, ਉਹ ਸਭ ਜ਼ਿੰਮੇਵਾਰੀਆਂ। ਤਾਂ ਉਹ ਦੱਸ ਕੀ ਰਹੇ ਸੀਗੇ ਕਿ ਅਸੀਂ ਕਈ ਵਾਰੀ ਇਦਾਂ ਹੀ ਸੋਚਦੇ ਆ, ਇਹ ਮੈਨੂੰ ਖਿੱਚ ਕੇ ਬੋਲਿਆ ਆ, ਕਾਹਤੇ ਮੈਂ ਨਾ ਉੱਚੀ ਆਵਾਜ਼ 'ਚ ਬੋਲਿਆ। ਉਹਦੇ ਅੰਦਰ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਆ, ਕਿੰਨੀਆਂ ਜ਼ਿੰਮੇਵਾਰੀਆਂ ਉਹਦੇ ਅੰਦਰ ਚੱਲ ਰਹੀਆਂ ਆ ਜਿਹੜੀਆਂ ਸਾਨੂੰ ਸਮਝਣ ਦੀ ਜ਼ਰੂਰਤ ਆ। ਜਦੋਂ ਦੁਕਾਨ ਦਾ ਕਿਰਾਇਆ ਨਹੀਂ ਨਾ ਦੇ ਹੁੰਦਾ ਤੇ ਜਦੋਂ ਮਾਲਕ ਆਣ ਕੇ ਖਰੀਆਂ ਖਰੀਆਂ ਸੁਣਾਉਂਦਾ ਆ, ਉਹ ਫਿਰ ਮਾਲਕ ਦੇ ਅੱਗੇ ਤੇ ਨਹੀਂ ਬੋਲ ਸਕਦਾ, ਪਰ ਉਹ ਨਿਰਾਸ਼ ਹੋ ਕੇ ਘਰ ਵਿੱਚ ਆਉਂਦਾ ਹੈ। ਤੇ ਜੇ ਉਹ ਮਾੜਾ ਮੋਟਾ ਉੱਚਾ ਨੀਵਾ ਬੋਲ ਵੀ ਪਿਆ ਤੇ ਤੁਸੀਂ ਬੇਲਣਾ ਲੈ ਕੇ ਦੁਆਲੇ ਨਾ ਹੋਇਆ ਕਰੋ ਪਲੀਜ਼। ਫਿਰ ਨਿਆਣੇ ਇਦਾਂ ਨਾ ਕਹਿਣ ਸਾਡਾ ਬਾਪੂ ਕੱਬਾ ਆ। ਬਾਪੂ ਕਹਿਣਾ ਬਹੁਤ ਸੌਖਾ, ਬਾਪੂ ਬਣ ਕੇ ਪਤਾ ਲੱਗਦਾ ਆ ਵੀ ਬਾਪੂ ਦਾ ਰੋਲ ਕੀ ਆ। ਸੋ ਪਤਨੀਆਂ ਨੂੰ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ। ਇਸੇ ਗੱਲ ਵਿੱਚ ਖੁਸ਼ੀ ਆ, ਜਦੋਂ ਅਸੀਂ ਅਧੀਨਗੀ ਵਿੱਚ ਰਹਿੰਦੇ ਆ, ਸਿਰਫ ਅਧੀਨ ਨਹੀਂ ਸਗੋਂ ਤੁਸੀਂ ਉਹਨਾਂ ਨੂੰ ਸਪੋਰਟ ਕਰੋ। ਪਰਮੇਸ਼ਵਰ ਨੇ ਸਾਨੂੰ ਸਹਾਇਕਣਾ ਬਣਾਇਆ ਹੈ, ਅਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਆ ਚੰਗੀਆਂ ਚੀਜ਼ਾਂ ਦੇ ਲਈ। ਜੇ ਉਹ ਡਿਸਪੁਆਇੰਟ ਆ ਤੇ ਤੁਸੀਂ ਬਾਕੀ ਮੂੰਹ ਬਣਾ ਕੇ ਨਾ ਬਹਿ ਜਾਓ ਵੀ ਅੱਜ ਇਹ ਹੱਸਦਾ ਨਹੀਂ ਮੈਂ ਵੀ ਨਹੀਂ ਬੁਲਾਉਣਾ। ਤੁਸੀਂ ਉਹਨੂੰ ਪੁੱਛੋ ਵੀ ਮੈਂ ਤੁਹਾਨੂੰ ਕਿੱਥੇ ਸਪੋਰਟ ਕਰ ਸਕਦੀ ਹਾਂ। ਪਹਿਲਾਂ ਤਾਂ ਇਹ ਪੁੱਛੋ ਕਿ ਜੇ ਤਾਂ ਮੇਰੀ ਕੋਈ ਫਾਲਟ ਆ, ਮੇਰੀ ਕੋਈ ਗਲਤੀ, ਤਾਂ ਮੈਨੂੰ ਪਲੀਜ਼ ਦੱਸੋ, ਮੈਂ ਉਸ ਗਲਤੀ ਨੂੰ ਜ਼ਰੂਰ ਸੁਧਾਰਨ ਦੀ ਕੋਸ਼ਿਸ਼ ਕਰੂੰਗੀ, ਨੈਕਸਟ ਟਾਈਮ ਨਹੀਂ ਕਰੂੰਗੀ, ਨਵੀਂ ਕਰੂੰਗੀ, ਹਨਾ, मतलब रिपीट नहीं करूंगी तो नवी तो भी बचूंगी। अगर वो कहता नहीं तेरी कोई गलती नहीं है तो फिर उन्हें पूछो भी तुसी डिस्टर्ब क्यों आ। तुसी बेशक हो सकता सॉल्व ना कर सको, पर तुहाडे पुछण दे नाल एटलीस्ट उन्हें एक इदां ते होया कि मैनू कोई पुछण वाला हैगा या। पर जदों तुसी पुछदे ही नहीं आ फिर प्रॉब्लम है। तो असी अर्धांगनियां आ, ਅਸੀਂ ਉਹਦੀ ਪਸਲੀ ਚੋਂ ਕੱਢੀਆਂ ਹੋਈਆਂ ਪਸਲੀਆਂ ਆ। ਸਾਨੂੰ ਸਮਝਣ ਦੀ ਜ਼ਰੂਰਤ ਆ, ਅਧੀਨਗੀ ਵਿੱਚ ਰਹਿਣ ਦੀ ਜ਼ਰੂਰਤ ਆ। ਔਰ ਖਾਸ ਤੌਰ ਤੇ ਜੇ ਪਰਮੇਸ਼ਵਰ ਨੇ ਲਾਅ ਬਣਾ ਦਿੱਤਾ ਕਿ ਪਤਨੀ ਅਧੀਨਗੀ ਵਿੱਚ ਰਵੇ ਤਾਂ ਮੰਨਣਾ ਹੀ ਆ। ਇਹ ਨਹੀਂ ਕਿ ਮੈਂ ਬਹੁਤ ਐਜੂਕੇਟਡ ਆ, ਮੈਂ PhD ਕੀਤੀ ਆ ਤੇ ਮੇਰੇ ਹਸਬੰਡ ਨੇ ਗ੍ਰੈਜੂਏਸ਼ਨ ਕੀਤੀ ਆ ਤੇ ਮੈਨੂੰ ਕੀ ਲੋੜ ਆ ਇਹਦੀ ਇੱਜ਼ਤ ਕਰਨ ਦੀ। ਹੈ ਤਾਂ ਤੇਰਾ ਪਤੀ ਨਾ, ਤੇ ਹੋ ਸਕਦਾ ਤੇਰਾ ਪਿਤਾ ਅਨਪੜ੍ਹ ਹੋਵੇ ਪਰ ਉਹਨੇ ਵਿਚਾਰੇ ਨੇ ਮਿਹਨਤ ਕਰਕੇ ਤੈਨੂੰ ਗ੍ਰੈਜੂਏਟ ਬਣਾਇਆ, ਤੈਨੂੰ ਮਾਸਟਰਸ ਕਰਵਾਈ ਆ। ਤੇ ਹੁਣ ਕੀ ਕਰੇਗਾ ਕਿ ਤੂੰ ਆਪਣੇ ਪਿਤਾ ਨੂੰ ਆਪਣਾ ਬੱਚਾ ਸਮਝਣਾ ਸ਼ੁਰੂ ਕਰ ਦੇਗਾ? ਪਿਤਾ ਨੇ ਤੇ ਪਿਤਾ ਹੀ ਰਹਿਣਾ ਭਾਵੇਂ ਉਹ ਅਨਪੜ੍ਹ ਆ। ਸੇਮ ਵੇ ਦੇ ਨਾਲ ਭਾਵੇਂ ਵਾਈਫ ਐਜੂਕੇਟਡ ਆ, ਹਸਬੈਂਡ ਅਨਐਜੂਕੇਟਡ ਆ, ਪਰ ਹਸਬੈਂਡ ਹਸਬੈਂਡ ਹੀ ਆ, ਵਾਈਫ ਵਾਈਫ ਹੀ ਆ। ਔਰ ਜਦੋਂ ਅਸੀਂ ਆਪਣੇ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਆ ਅਸੀਂ ਖੁਸ਼ ਰਹਿੰਦੇ ਆ, ਘਰ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਆ।